ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਪਹਿਲਕਦਮੀ ਨੂੰ ਲੈ ਕੇ ਇੰਡੀਅਨ ਗੇਮਜ਼ ਡਿਵੈਲਪਮੈਂਟ ਫੈਡਰੇਸ਼ਨ ਅੰਮ੍ਰਿਤਸਰ ਵੱਲੋਂ ਫਸਟ ਨੈਸ਼ਨਲ ਸਪੋਰਟਸ ਟੂਰਨਾਮੈਂਟ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਰਾਊਂਡ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਸ਼ੁਭ ਆਰੰਭ ਦਸ਼ਮੇਸ਼ ਬ੍ਰਿਗੇਡ ਦੇ ਪ੍ਰਧਾਨ ਜਥੇਦਾਰ ਜਸਪਾਲ ਸਿੰਘ ਪੁਤਲੀਕਰ ਅਤੇ ਉੱਘੇ ਖੇਡ ਪ੍ਰਮੋਟਰ ਇੰਜੀਨੀਅਰ ਸੁਖਜਿੰਦਰਪਾਲ ਸਿੰਘ ਸੁੱਕ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਜਿਹੜਾ ਅਸੀਂ ਅੱਜ ਫਸਟ ਆਪਣਾ ਨੈਸ਼ਨਲ ਟੂਰਨਾਮੈਂਟ ਕਰਵਾ ਰਹੇ ਹਾਂ, ਇਹਦੇ ਵਿੱਚ ਅਸੀਂ ਐਥਲੈਟਿਕਸ, ਕਬੱਡੀ, ਵਾਲੀਬਾਲ ਅਤੇ ਰੈਸਲਿੰਗ ਦੀਆਂ ਗੇਮਸ ਕਰਵਾਈਆਂ ਆ, ਜਿਹਦੇ ਵਿੱਚ ਸਾਡੇ ਕੋਲ 8 ਸਟੇਟ ਦੀਆਂ ਟੀਮਾਂ ਨੇ ਪਾਰਟੀਸਪੇਟ ਕੀਤਾ ਆ ਅਤੇ ਅੱਜ ਇੱਥੇ ਅਸੀਂ ਖਾਲਸਾ ਕਾਲਜ ਦੇ ਵਿੱਚ ਇਕੱਠੇ ਹੋਏ ਹਾਂ। ਸਰ, ਪੰਜਾਬ ਗੌਰਮੈਂਟ ਵੱਲੋਂ ਕੋਈ ਸਹਾਇਤਾ ਨਹੀਂ, ਇੱਕ NGO ਹੈ, ਆਪਣੇ ਬੇਸ 'ਤੇ ਕਲੈਕਸ਼ਨ ਕਰਕੇ ਸਾਰਾ ਇਹ ਅਰੇਂਜਮੈਂਟ ਕਰੀਦੇ ਆ। ਜੋ ਵੀ ਬੱਚਿਆਂ ਨੂੰ ਫੈਸਿਲਿਟੀਆਂ ਰਹਿਣ ਦਾ, ਖਾਣ ਦਾ ਜਾਂ ਬੱਸਾਂ ਦੀਆਂ, ਇਹ ਸਾਰੇ ਆਪਣੇ ਬੇਸ 'ਤੇ ਹੀ ਹੋ ਰਿਹਾ ਜੀ। ਅਸੀਂ ਬਿਲਕੁਲ ਚਾਹੁੰਦੇ ਹਾਂ ਜੀ, ਸਾਰੇ ਸਪੋਰਟਸ ਡਿਪਾਰਟਮੈਂਟ ਨੂੰ ਜਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਸੰਸਥਾਵਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਅੱਜ ਦਾ ਇਹ ਜੋ ਮੈਚਾਂ ਦਾ ਸਿਲਸਿਲਾ ਵਾ, ਇਹ ਇੰਡੀਅਨ ਡਿਵੈਲਪਮੈਂਟ ਗੇਮਜ਼ ਐਸੋਸੀਏਸ਼ਨ ਵੱਲੋਂ ਕਰਵਾਇਆ ਜਾ ਰਿਹਾ ਵਾ। ਇਹ ਬਹੁਤ ਹੀ ਵਧੀਆ ਉਪਰਾਲਾ ਵਾ ਜਿਹੜਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਸਪੋਰਟਸ ਨਾਲ ਜੋੜਿਆ ਵਾ, ਜਿਹੜਾ ਕਿ ਬਹੁਤ ਹੀ ਨਰੋਏ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਸਾਡਾ ਇਹ ਸਮਰਥਨ ਕਰਨਗੇ। ਅਤੇ ਮੈਂ ਇਸ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਜੀ ਅਤੇ ਕਵਲਜੀਤ ਸਿੰਘ ਜੀ ਨੂੰ ਅਤੇ ਸੈਕਟਰੀ ਗੁਰਜੀਤ ਸਿੰਘ ਰਾਣਾ ਜੀ, ਸਤਵੰਤ ਸਿੰਘ ਰਾਣਾ ਜੀ ਨੂੰ ਵਧਾਈ ਦਿੰਦਾ ਕਿ ਉਹ ਇਹੋ ਜਿਹੇ ਬਹੁਤ ਹੀ ਪ੍ਰੋਗਰਾਮ ਕਰਾਉਂਦੇ ਨੇ ਜਿਨ੍ਹਾਂ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ 'ਚੋਂ ਨਿਕਲ ਕੇ ਸਾਡੇ ਸਪੋਰਟਸ ਨਾਲ ਜੁੜਦੀ ਆ ਅਤੇ ਸਾਡਾ ਮਾਣ ਉੱਚਾ ਕਰਦੀ ਹੈ। ਇਹ ਪੂਰੇ ਹਿੰਦੁਸਤਾਨ ਦੇ ਵੱਖ ਵੱਖ ਸਟੇਟਾਂ ਤੋਂ ਪਲੇਅਰ ਆਏ ਨੇ, ਅਸੀਂ ਇਹਨਾਂ ਦਾ ਇੱਥੇ ਸਵਾਗਤ ਕਰਦੇ ਹਾਂ। For all updated news, please subscribe Ava News and ring the bell.